ਉੱਥੇ ਪੈ ਹੁੰਦੀ ਹੈ ਜਿੱਥੇ ਸਾਰਾ ਗਿਆਨ ਹੁੰਦਾ ਉੱਥੇ ਪੈ ਨਹੀਂ ਹੁੰਦੀ। ਜਿਹੜੇ ਮੁਲਕਾਂ ਕੋਲ ਸਾਰਾ ਗਿਆਨ ਹੈ ਉਹ ਪੈ ਵੀ ਘੱਟ ਨੇ, ਜਿਹੜੇ ਮੁਲਕਾਂ ਦਾ ਗਿਆਨ ਘੱਟ ਹੈ ਦੂਜੇ ਮੁਲਕਾਂ ਬਾਰੇ ਉਹਨਾਂ ਨੂੰ ਗਿਆਨ ਨਹੀਂ ਹੈ, ਉਹਨਾਂ ਕੋਲ ਕੀ ਹੈ ਕੀ ਨਹੀਂ ਹੈ, ਹਥਿਆਰਾਂ ਬਾਰੇ ਗਿਆਨ ਨਹੀਂ ਹੈ, ਸ਼ਕਤੀ ਬਾਰੇ ਗਿਆਨ ਨਹੀਂ ਹੈ, ਉਹ ਦੂਏ ਤੋਂ ਡਰਦੇ ਹੁੰਦੇ ਨੇ। ਜਿਹਨੂੰ ਗਿਆਨ ਪੂਰਾ ਹੈ ਉਹਨੂੰ ਪੈ ਨਹੀਂ ਹੁੰਦੀ, ਰੋਸ਼ਨੀ ਹੁੰਦੀ ਹੈ ਅੰਦਰ। ਪਰਮ ਗਿਆ ਭਉ ਭਾਗਾ, ਜਬ ਰਾਮ ਨਾਮ ਚਿੱਤ ਲਾਗਾ। ਜਿੰਨਾ ਚਿਰ ਅੰਦਰ ਭਰਮ ਹੁੰਦਾ ਪੈ ਰਹਿੰਦਾ, ਜਾਂ ਭਰਮ ਚੱਕਿਆ ਜਾਂਦਾ ਪੈ ਨਹੀਂ ਰਹਿੰਦਾ। ਜੰਮਣ ਵੱਲ ਦਾ ਸਿਰ ਪਾਇਆ, ਜੰਮਣ ਵੱਲ ਹੁੰਦਾ ਹੀ ਨਹੀਂ। ਇਹ ਮੰਨਣ ਲੋਕ ਜੰਮਣ ਵੱਲ ਹੁੰਦਾ, ਮੰਨਦੇ ਰਹਿਣ ਕੀ ਫਰਕ ਪੈਂਦਾ। ਜਿਹਨਾਂ ਨੂੰ ਭਰਮ ਹੈ ਮੰਨਣ ਜਨਮਣ ਹੁੰਦਾ, ਜਿਹਨਾਂ ਨੂੰ ਭਰਮ ਨਹੀਂ ਹੈ ਉਹ ਨਹੀਂ ਮੰਨਦੇ ਜਨਮਣ ਹੁੰਦਾ। ਜਨਮਣ ਕਾ ਪੈ ਗਿਆ, ਭਰਮ ਗਿਆ, ਗੁਰਸਾਖੀ ਜਾਗੀ, ਜਾਂ ਗੁਰੂ ਦੀ ਸਿੱਖਿਆ ਅੰਦਰੋਂ ਦੇ ਨਾਲ ਬੁੱਧੀ ਜਾਗ ਪਈ, ਸੁਰਤ ਜਾਗ ਪਈ, ਮਤ ਜਾਗ ਪਈ, ਜੰਮਣ ਵੱਲ ਦਾ ਪੈ ਦੂਰ ਹੋ। ਦੋਏ ਗੱਲਾਂ ਪੂਰੀਆਂ। ਦਾਰਣ ਦੀਰਘ ਦਿੱਗਜ ਸੇ ਬਲ, ਸਿੰਘ ਹਕੇ ਬਲ, ਸਿੰਘ ਦਾ ਬਲ ਅਲੱਗ ਹੈ, ਸਿੰਘ ਧਰੇ, ਸਿੰਘ ਧਰੇ, ਦੋਏ ਬਲ, ਸੰਸਾਰੀ ਵਿਦਿਆ ਦਾ ਬਲ, ਨਿਰਾਕਾਰੀ ਬਲ, ਸਾਕਾਰੀ ਬਲ, ਗਿਆਨ, ਖੱਬੇ ਹੱਥ ਦਾ ਗਿਆਨ ਔਰ ਸੱਜੇ ਹੱਥ ਦਾ ਗਿਆਨ। ਸੱਜੇ ਹੱਥ ਦਾ ਗਿਆਨ ਤਾਂ ਪਰਮੇਸ਼ਰ ਨੇ ਦੇਣਾ, ਉਹ ਤਾਂ ਉਹਦੇ ਕੋਲ ਹੀ ਆਉਣਾ ਸਾਰਾ। ਨਿਰਾਕਾਰੀ ਗਿਆਨ ਇੱਥੇ ਦਾ ਆਪ ਹਾਸਲ ਕੀਤਾ ਹੋਇਆ, ਬਾਹਰ ਜ ਕਰਦਾ ਹੈ ਸਿੱਧ ਸਨਮੁਖ ਮੁਖ ਜੋਬ ਹੈ, ਰਿੱਧ ਬਸ ਹੈ ਬਾਂ ਬਾਂਗ, ਬਾਹੇ ਹੱਥ ਦੇ ਵਿੱਚ ਰਿੱਧ ਹੈ, ਸੰਸਾਰੀ ਗਿਆਨ ਹੈ, ਰਿੱਧੀ ਦਾ ਗਿਆਨ, ਇਹ ਬਾਂ ਬਾਂਗ ਹੈ। ਤੀਨ ਤਲੋਕੇ ਮੋਹੇ, ਤਿੰਨ ਲੋਕ ਦਾ ਗਿਆਨ ਹੈ ਖੱਬੇ ਹੱਥ ਚ, ਹਾਥੀ ਦਾ ਗਿਆਨ, ਤਿੰਨ ਲੋਕ ਦਾ ਗਿਆਨ ਹੈ। ਇਸੇ ਕਰਕੇ ਤਾਂ ਹੰਕਾਰ ਹੈ ਤਿੰਨ ਲੋਕ ਦੇ ਵਿੱਚ, ਹਾਥੀ ਹੰਕਾਰੀ ਵੀ ਹੈ, ਪਰ ਤਿੰਨ ਲੋਕ ਦਾ ਗਿਆਨ ਹੰਕਾਰੀ ਕਿਉਂ ਨਹੀਂ ਬਣਾਉਂਦਾ? ਉੱਧਰ ਸ਼ੇਰ ਦਾ ਗਿਆਨ ਹੈਗਾ, ਦੂਆ ਸਿਰ 'ਤੇ ਨਾਮ ਹੈ, ਨਾਮ ਹੈ ਨਾ ਉੱਤੇ, ਨਾਮ ਤਿੰਨ ਲੋਕ ਦੇ ਗਿਆਨ ਦਾ ਹੰਕਾਰ ਹੋਣ ਨਹੀਂ ਦਿੰਦਾ। ਜੇ ਨਾਮ ਦੇ ਬਿਨਾਂ ਤਿੰਨ ਲੋਕ ਦਾ ਗਿਆਨ ਹੋ ਜਾਏ, ਤਿੰਨ ਲੋਕ ਦੇ ਘੱਟ ਗਿਆਨ ਦਾ ਵੀ ਹੰਕਾਰ ਹੋ ਜਾਂਦਾ। ਨਾਮ ਦੇ ਬਿਨਾਂ ਤਿੰਨ ਲੋਕ ਦਾ ਅਸਲ ਗਿਆਨ ਹੁੰਦਾ ਹੀ ਨਹੀਂ, ਨਾਮ ਦੇ ਬਿਨਾਂ ਤਿੰਨ ਲੋਕ ਦਾ ਗਿਆਨ ਹੁੰਦਾ ਹੀ ਨਹੀਂ, ਕਿਸੇ ਨੂੰ ਵੀ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ। ਕੀ ਪੜ੍ਹ ਲੂਗਾ ਇੱਕ 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 ਸਬਜੈਕਟ ਪੜ੍ਹ ਲੂ, ਦੋ ਪੜ੍ਹ ਲੂ, ਕੈਕ ਪੜ੍ਹ ਲੂਗਾ, ਸੰਸਾਰ ਦਾ ਗਿਆਨ ਕਿੰਨਾ ਕੁ ਹੁੰਦਾ, ਕਿੰਨਾ ਗਿਆਨ ਲੈ ਲੂਗਾ, ਕਿਹੜੇ ਕਿਹੜੇ ਮਹਿਕਮੇ ਦਾ ਲੈ ਲੂਗਾ, ਕਿਹੜੇ ਕਿਹੜੇ ਸਬਜੈਕਟ ਦਾ ਲੈ ਲੂਗਾ ਗਿਆਨ, ਕੋਈ ਨਹੀਂ ਲੈ ਸਕਦਾ, ਜ਼ਿੰਦਗੀ ਬਹੁਤ ਥੋੜ੍ਹੀ ਜਿਹੀ ਹੁੰਦੀ ਹੈ। ਹਾਂਜੀ, ਰੋਮ ਮਨੋ ਸਰ ਕੱਲ ਹੈ ਕਿ ਜਨ ਪਾਹਨ ਪੀਤ ਪੈ ਬ੍ਰਿਛ ਹਰੇ ਹੈ। ਜਿਹੜੇ ਰੋਮ ਨੇ ਨਾ, ਜਿਹੜਾ ਸ਼ੇਰ ਹੈ ਉਹਦੇ ਵਾਲ ਕਿਹੋ ਜਿਹੇ ਨੇ, ਪਾਨ ਪੀਤ ਪੇ ਬਰਸ਼ਾ ਹਰੇ ਹੈ, ਜਿਹਨੂੰ ਪਹਾੜਾਂ ਦੇ ਉੱਤੇ ਛਾਂ ਹੁੰਦੀ ਹੈ ਨਾ ਦਰਖਤਾਂ ਦੀ, ਪੀਲੇ ਤਾਂ ਹੁਣ ਪਹਾੜ ਉੱਪਰ ਹੋਵੇ, ਦਰਖਤਾਂ ਦੀ ਛਾਂ ਧਾਰੀਆਂ ਬਣੀਆਂ ਹੋਈਆਂ, ਦੋਵੇਂ ਚੀਜ਼ਾਂ ਨੇ। ਪਾਨ ਪੀਤ ਪੇ ਬਰਸ਼ਾ ਹਰੇ ਹੈ, ਪਹਾੜਾਂ ਪੀਲੇ, ਪਹਾੜਾਂ 'ਤੇ ਹਰੇ ਬਿਰਛ ਖੜੇ ਹੋਣ, ਜਾਂ ਉਹਨਾਂ ਦੀ ਛੋਂ ਪੈਂਦੀ ਹੈ ਥੱਲੇ, ਬਿਰਛਾਂ ਦੇ ਪੱਤੇ ਵੀ ਹੁੰਦੇ ਨੇ, ਇਹੋ ਜਿਹਾ ਉਹਦਾ ਜਿਹੜੇ ਹੈ ਸਰੀਰ ਦੇ ਰੋਮ ਨੇ, ਜਿਹੜੇ ਉਹਨਾਂ ਦੇ ਉੱਤੇ ਬਾਲਾਂ ਦੇ ਉੱਤੇ ਰੰਗ ਹੁੰਦਾ ਨਾ। ਹਾਂਜੀ, ਮਾਨੋ ਮੇਰ ਕੇ ਮੱਧ ਮਨੋ ਜਮਨਾ ਲਰ ਕੇਤ ਕੀ ਪੁੰਜ ਪੈ ਭ੍ਰਿੰਗ ਧਰੇ ਹੈ। ਮੇਰ ਕੇ ਮੱਧ ਮਨੋ ਜਮਨ ਨਾਲ ਕੇਤਕ ਪੁੰਜ ਕੇ ਭ੍ਰਿੰਗ ਧਰੇ ਹੈ, ਜਿਵੇਂ ਪਹਾੜ ਦੇ ਵਿੱਚੋਂ ਪਹਾੜਾਂ ਚੋਂ ਨਿਕਲ ਕੇ ਆਉਂਦੀ ਹੈ ਨਾ ਜਮਨ, ਦੋ ਇੱਧਰ ਵੀ ਪਹਾੜ, ਇੱਧਰ ਵਿਚਾਲੇ ਦੀ ਜਮਨ ਚੱਲਦੀ ਹੈ, ਐ ਉਹ ਮਤਲਬ ਹੈ ਪ੍ਰਵਾਹ, ਐ ਧਾਰੀਆਂ ਆਉਂਦੀਆਂ ਨੇ ਢਲਦੀਆਂ ਥੱਲੇ ਨੂੰ, ਉੱਪਰੋਂ ਧਾਰੀ ਲੈ ਕੇ ਥੱਲੇ ਨੂੰ ਢਲਦੀਆਂ ਆਉਂਦੀਆਂ ਨੇ। ਮਾਨੋ ਮਹਾਂਪ੍ਰਿਥ ਲੈ ਕੇ ਕਮਾਨ ਸੋ ਭੂਮ ਧਰ ਭੂਮ ਤੇ ਨਿਆਰੇ ਕਰੇ ਹਨ। ਜਿਵੇਂ ਮਹਾਂਪ੍ਰਿਥ ਨੇ ਕਮਾਨ ਲੈ ਕੇ
ਪਹਾੜ ਪ੍ਰਤਿਵੀ ਨੂੰ ਜੁਦਾ ਕਰ ਦਿੱਤੇ ਹੁੰਦੇ ਨੇ, ਵੱਢ ਕੇ ਉੱਥੇ ਰੱਖ ਦਿੱਤੇ ਹੁੰਦੇ ਨੇ ਨਾ ਸ਼ੇਰ ਦੀ ਪਿੱਠ ਤੇ ਭੂਤਰ, ਉਹਦੇ ਚੋਂ ਧਾਰੀਆਂ ਆਉਂਦੀਆਂ ਨੇ ਥੱਲੇ ਨੂੰ, ਉਹਦੇ ਸ਼ੇਰ ਦਾ ਹੀ ਮਤਲਬ ਹੈ ਨਕਸ਼ਾ ਦੱਸਦੇ ਨੇ, ਉਹਦੇ ਗਿਆਨ ਦਾ ਨਕਸ਼ਾ ਦੱਸਦੇ ਨੇ ਅਸਲ ਦੇ ਵਿੱਚ। ਹਾਂਜੀ, ਭੂਤਰ ਭੂਮ ਤੇ ਭੂਤਰ ਹੁੰਦੇ ਨੇ ਪਹਾੜ, ਭੂਮ ਤੇ ਨਿਆਰੇ ਕਰਤੇ ਵੱਢ ਕਮਾਨ ਨਾਲ ਤੀਰਾਂ ਨਾਲ ਵੱਢ ਕੇ ਉਡਾ ਕੇ ਉੱਥੇ ਉੱਤੇ ਰੱਖਦੇ। ਚਲੋ, ਘੰਟਾ ਗਦਾ ਤਰਸੂਲ ਅਸ ਸੰਖ ਸਰਾਸਨ ਬਾਣ, ਕੰਟਾ ਗਦਾ ਤਰਸੂਲ ਅਸ ਸੰਖ ਸਰਾਸਨ ਬਾਣ, ਚੱਕਰ ਬੱਕਰ ਕਰਮੇ ਲਈਏ ਜਿਮ ਗ੍ਰੀਸ਼ਮ ਰਿਤ ਪਾਨ। ਹੁਣ ਹਥਿਆਰ ਕਿਹੜੇ ਨੇ? ਅੱਠ ਹੱਥ ਦੱਸੇ ਨੇ ਚੰਡੀ ਦੇ ਇਹਨਾਂ ਨੇ, ਇਹਨਾਂ ਨੇ ਤਾਂ ਜਨਾਨੀ ਬਣਾ ਕੇ ਉਹਦੇ ਅੱਠ ਹੱਥ ਕਰਤੇ। ਨਹੀਂ ਨਹੀਂ, ਗਿਆਨ ਦੇ ਅੱਠ ਪੱਖ ਨੇ, ਗਿਆਨ ਦੇ ਅੱਠ ਪੱਖ ਨੇ ਇਹ। ਕੰਟਾ ਗਦਾ ਤਰਸੂਲ ਅਸ ਚਾਰ ਹੋ ਗਏ ਨਾ, ਅਸ ਤਲਵਾਰ ਨੂੰ ਕਹਿੰਦੇ ਨੇ, ਸੰਖ ਸਰਾਸਨ ਧਨ ਤੀਰ ਕਮਾਣ ਬਾਣ, ਸਰਾਸਨ ਧਨਕ ਬਾਣ ਤੀਰ, ਚੱਕਰ ਬੱਕਰ ਕਰਮੇ ਲਈਏ ਜਿਮ ਗ੍ਰੀਸ ਮ੍ਰਿਤ ਪਾਨ। ਪੂਰੇ ਅੱਠ ਹਥਿਆਰਾਂ ਨਾਲ ਲੈਸ ਹੋ ਕੇ ਸ਼ੇਰ ਦੀ ਕਰਕੇ ਸਵਾਰੀ ਚੰਡੀ ਜੰਗ ਨੂੰ ਚੜ ਪਈ। ਅੱਠੇ ਨੇ ਉਹ, ਆਪਣੇ ਕੀ ਨੇ ਅੱਠ? ਇੱਥੇ ਅੱਠ ਦੱਸੇ ਨੇ, ਅੱਠ ਹਥਿਆਰ ਅੱਠੇ ਉੱਥੇ ਦੱਸੇ ਸੀ। ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲਖ ਅਨਸਾ, ਉਹ ਅੱਠ ਗੁਣ ਦੱਸੇ ਸੀ, ਇਹ ਅੱਠ ਹਥਿਆਰ ਨੇ। ਅੱਠ ਤਰ੍ਹਾਂ ਦੇ ਨਾਲ ਚਰਚਾ ਕਰਕੇ ਉਹਨਾਂ ਨੂੰ ਜਿੱਤਣਾ, ਅੱਠ ਹਥਿਆਰਾਂ ਦੇ ਪ੍ਰਹਾਰ ਕਰਨੇ ਨੇ, ਅੱਠ ਪਾਸਿਆਂ ਤੋਂ ਹੀ ਕਰਨੇ ਨੇ, ਅੱਠੇ ਦਿਸ਼ਾਵਾਂ ਤੋਂ। ਚਾਰ ਕੋਣੇ ਹੁੰਦੇ ਨੇ, ਚਾਰ ਦਿਸ਼ਾਵਾਂ ਹੁੰਦੀਆਂ ਨੇ, ਚਾਰ ਕੋਣੇ ਔਰ ਚਾਰ ਦਿਸ਼ਾਵਾਂ, ਅੱਠ ਹੁੰਦੇ ਨੇ ਅੱਠ। ਜਿਵੇਂ ਗਰਮੀ ਦੇ ਗ੍ਰੀਸ਼ਮ ਰੁੱਤ ਦੇ ਵਿੱਚ ਭਾਨ ਸੂਰਜ ਚੜ੍ਹਦਾ, ਐ ਅੱਠ ਪ੍ਰਕਾਰ ਦੇ ਇਹ ਹਥਿਆਰ ਲੈ ਕੇ ਚੰਡੀ ਨੇ ਕਮਰ ਕਥਾ ਕੀਤਾ ਇਹਨਾਂ ਨਾਲ ਜੰਗ ਕਰਨ ਦਾ।